गुरु घर तो सामने आई एक बेहद ही मंदभागी घटना। गुरु घर दे विच पहला हंगामा होया, फिर माहौल भख्या, तो उस तो बाद जिहड़ियां दस्तारां ने उतर जांदियां ने, तो उस तो बाद भारी पुलिस फोर्स मौके ते पहुँचदी है, तो देखो मामला निबड़दा या फिर नहीं। दरअसल एक अरदास नूं लैके जिहड़ा माहौल है वह पूरी तरह के नाल पक जांदा है, तो हुण इस दौरान जदों भारी पुलिस बल पहुँचदा है तो उस तो बाद जिहड़ा मामला वह काबू दे विच आउंदा है। दरअसल श्री दमदमा साहिब दे विखे एक अरदास की गई, ज्ञान इकबाल सिंह होरां दे वल्लों ही अरदास की गई, तो अरदास दे दौरान वह भड़क जांदे ने, तो भड़कदे क्यों ने, वह इसलिए कि संत गुरचरण सिंह होरां दा कल देहांत हुंदा है, तो यह गद्दी दे वारस सन पहला, तो अज साबका जथेदार ज्ञान इकबाल सिंह होरां ने एक अरदास की, तो अरदास दे दौरान होर गद्दी नशीन का जिहड़ा नाम है वह लिया जांदा है। जिवें ही अरदास खत्म हुंदी है उदों ही जिहड़ा विवाद है वह छिड़ जांदा है, तो भारी गिणती दे विच जिहड़ी संगत है वह इकट्ठी हो जांदी है। तो ज्ञानी इकबाल सिंह मुताबिक जिहड़े गद्दी दे वारिस ने जसपाल सिंह नूं बनाया गया, पर बाबा गुरचरण सिंह जी दे मुताबिक जिहड़े गद्दी दे वारिस ने अवतार सिंह नूं चुनिया गया सी। इसे ही गल नूं लै के जिहड़ा विवाद है वह इन्ना ज़्यादा वध जांदा है कि गल हत्थों पाई तक उतर आउंदी है। दस दिए कि जिस वेले दस्तारा उतरदियां ते वड्डा विवाद हुंदा, उस तो बाद ज्ञान इकबाल सिंह होरां नूं जो एक कमरे दे विच बंधक है वह बना दिता जांदा है, पर मौके ते जदों पुलिस बल पहुँचदा तो उन्हां दे वल्लों ज्ञानी इकबाल सिंह होर ही अते उन्हां दे जिहड़े साथी ने उन्हां नूं उत्थों रिहा किया जाता है, उन्हां नूं बाहर कढ़िया जांदा है। तां दस दिए एक तरह के नाल बेहद ही मंदभागी घटना है जो गुरद्वारा साहिब दे विच वापरदी है, बेहद ही मंदभागी घटना अरदास दे दौरान जो कह सकते हैं कि एक वड्डा विवाद छिड़दा है। अरदास दे दौरान यह जो विवाद छिड़ जाता है, तो उस तो बाद जो पग्गा ने जो दस्तारा ने उतार दित्तियां जांदियां, बेहद ही मंदभागी घटना है। ਗੱਲਬਾਤ ਤੁਹਾਡੇ ਨਾਲ ਸੰਗਤ ਨੇ ਪੱਗ ਲਾ ਦਿੱਤੀ। ਸੰਤ ਬਾਬਾ ਗੁਰਚਰਨ ਸਿੰਘ ਜੀ ਸੀ ਠੱਕੇ ਦੇ ਬਿਆਰੇ, ਸੰਤ ਬਾਬਾ ਕਰਤਾਰ ਸਿੰਘ ਕਾਚਿਆ ਵਾਲ ਜਿਨ੍ਹਾਂ ਨੇ ਖਨੂਰ ਸਾਹਿਬ ਸੇਵਾ ਕੀਤੀ, ਗੋਬਿੰਦਮਲ ਸਾਹਿਬ ਕੀਤੀ ਹੈ, ਅਤੇ ਤਖ਼ਤ ਆਪਣੇ ਮੰਜੀ ਸਾਹਿਬ ਕਰਤਾਰ ਕਾਹੀ ਸੁੱਖੇ ਕੀਤੀ ਸੇਵਾ, ਪਟਨਾ ਸਾਹਿਬ ਬਹੁਤ ਵੱਡੀ ਨਾਲ ਕਾਰ ਸੇਵਾ ਆ, ਅਤੇ ਉਹਨਾਂ ਤੋਂ ਬਾਅਦ ਸੰਤ ਰੋਚਨ ਸਿੰਘ ਹੋਏ, ਸੰਤ ਰੋਚਨ ਸਿੰਘ ਤੋਂ ਬਾਅਦ ਸੰਤ ਗੁਰਚਰਨ ਸਿੰਘ ਹੋਏ, ਅਤੇ ਸੰਤ ਗੁਰਚਰਨ ਸਿੰਘ ਨੇ ਆਪਦੇ ਹੁੰਦੇ ਆ ਤਖ਼ਤ ਪਟਨਾ ਸਾਹਿਬ, ਭਾਈ ਜਸਪਾਲ ਸਿੰਘ ਨੂੰ ਪੱਗ ਵੀ ਬੰਨੀ ਹੈ, ਅਤੇ ਉੱਥੇ ਸਿਰਪਾ ਵੀ ਪਾਇਆ, ਅਨਾਊਂਸਮੈਂਟ ਵੀ ਕੀਤੀ ਹੈ, ਉੱਥੋਂ ਪੰਜ ਪਿਆਰੇ ਵੱਲ ਹੁਕਮਨਾਮਾ ਜਾਰੀ ਹੋਇਆ ਕਿ ਬਾਬਾ ਗੁਰਚਰਨ ਸਿੰਘ ਜੀ ਤੋਂ ਬਾਅਦ ਗੱਦੀ ਦੇ ਵਾਰਿਸ ਭਾਈ ਜਸਪਾਲ ਸਿੰਘ ਜੀ ਹੋਣਗੇ, ਉਹ ਹੁਕਮਨਾਮਾ ਵੀ ਹੋਇਆ ਹੋਇਆ, ਸਾਰਾ ਰਿਕਾਰਡ ਜਿਹੜਾ ਹੈ ਉਹ ਭਾਈ ਜਸਪਾਲ ਸਿੰਘ ਦੇ ਕੋਲ ਇਸ ਟਾਈਮ ਮੌਜੂਦ ਹੈਗਾ, ਅਤੇ ਹੁਕਮਨਾਮਾ ਹੋਇਆ ਹੈ, ਉੱਥੇ ਉਹਨਾਂ ਨੇ ਦਸਤਾਰਬੰਦੀ ਕੀਤੀ ਹੈ, ਅਨਾਊਂਸਮੈਂਟ ਹੋਈ ਹੈ, ਟਾਈਮ 'ਤੇ ਵੀ ਚੜ੍ਹਦੀ ਕਰਾ ਦੇ, ਪੂਰੀ ਦੁਨੀਆ ਨੇ ਵੇਖਿਆ, ਸੰਤ ਗੁਰਚਰਨ ਸਿੰਘ ਨੇ ਆਪ ਅਨਾਊਂਸਮੈਂਟ ਕੀਤੀ ਹੈ ਕਿ ਮੈਂ ਬਿਰਧ ਹੋ ਗਿਆ, ਮੇਰੇ ਬਾਅਦ ਸਾਰੀ ਸੇਵਾ ਸਮਾਜ ਜੋ ਹੈ ਉਹ ਇਹ ਭਾਈ ਜਸਪਾਲ ਸਿੰਘ ਮੇਰੇ ਬਾਅਦ ਸਾਰੀ ਸੇਵਾ ਕਰੇਗਾ, ਉਸ ਆਧਾਰ 'ਤੇ ਮੈਂ ਇੱਥੇ ਆਇਆ ਸੀ, ਅਤੇ ਮੇਰੇ ਸੰਸਕਾਰ ਹੋਣ ਵੇਲੇ ਮੇਰੇ ਗੱਲ ਪੈ ਗਈ ਸਾਰੀ। ਬਾਬਾ ਕੀ ਨਾਮ ਆ ਤੁਹਾਡਾ ਅਤੇ ਕੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ? ਮੈਂ ਜਥੇਦਾਰ ਗਿਆਨ ਇਕਬਾਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ, ਬਿਹਾਰ। ਜਥੇਦਾਰ ਉੱਥੋਂ ਦੇ ਤੁਸੀਂ? ਪਟਨਾ ਸਾਹਿਬ ਤਖ਼ਤ ਦੇ। ਅਤੇ ਹੁਣ ਤੁਸੀਂ ਆਏ ਸੀਗੇ, ਹਜੇ ਸੰਸਕਾਰ ਵੀ ਨਹੀਂ ਕੀਤਾ ਗਿਆ ਬਾਬਾ ਜੀ ਦੀ ਦੇਹ ਨਾਲ, ਅਤੇ ਉਸ ਤੋਂ ਪਹਿਲਾਂ ਹੀ ਤੁਹਾਡੀ ਪੱਗ ਲਾਈ ਜਾਂਦੀ ਹੈ? ਅਰਦਾਸ ਵੀ ਨਹੀਂ ਪੂਰੀ ਹੋਣ ਦਿੱਤੀ, ਅਰਦਾਸ ਦੇ ਵਿੱਚ ਹੀ ਮੇਰੇ ਗੱਲ ਪੈ ਗਈ, ਅਰਦਾਸ ਵੀ ਪੂਰੀ ਅਰਦਾਸ ਹੀ ਖੰਡਨ ਕਰਤੀ ਇਹਨਾਂ ਨੇ, ਅਰਦਾਸ ਵੀ ਖੰਡਨ ਕੀਤੀ ਹੈ, ਸੰਸਕਾਰ ਵੀ ਨਹੀਂ ਹੋਣ ਦਿੱਤਾ, ਮੇਰੇ ਗੱਲ ਪੈ ਗਏ। ਕੀ ਸਮਝਦੇ ਕੀ ਕਾਰਨ ਆ, ਇੱਦਾਂ ਕਿਉਂ ਹੋਇਆ ਬਾਬਾ ਜੀ ਦੀ ਜਿਹੜੀ ਪਾਰਟੀ ਸੀ ਅਵਤਾਰ ਸਿੰਘ ਦੀ, ਜਿਹਨੂੰ ਬਾਬਾ ਜੀ ਨੇ ਛੇਕਿਆ ਹੋਇਆ ਸੀ, ਬਾਬਾ ਗੁਰਚਰਨ ਸਿੰਘ ਦੇ ਹੁੰਦੇ ਅਵਤਾਰ ਸਿੰਘ ਇੱਥੇ ਥੱਕੇ ਵੜ ਨਹੀਂ ਸਕਦਾ, ਉਹਨੂੰ ਵੜਨ ਤੋਂ ਹੀ ਮਨਾ ਕੀਤਾ ਹੋਇਆ ਸੀਗਾ, ਅਤੇ ਉਹਨੂੰ ਪੂਰਾ ਛੇਕਿਆ ਹੋਇਆ ਸੀ ਇੱਥੋਂ, ਉਹ ਹੁਣ ਆਪਦੇ ਬੰਦੇ ਲੈ ਕੇ ਇੱਥੇ ਆ ਗਿਆ। ਹੁਣ ਤੁਸੀਂ ਕੀ ਕਾਰਵਾਈ ਕਰਾਉਣਾ ਚਾਹੁੰਦੇ, ਜਿਸ ਤਰ੍ਹਾਂ ਪੱਗ ਤੁਹਾਡੀ ਲਾਈ ਗਈ, ਬਦਵੀ ਕੀਤੀ? ਜੋ ਵੀ ਕਾਰਵਾਈ, ਉਹ ਮੇਨ ਅਵਤਾਰ ਸਿੰਘ ਜੀ ਦੋਸ਼ੀ, ਉਹਨੇ ਸਾਰਾ ਕਰਾਇਆ, ਉਹਦੇ ਤੋਂ ਜੇਜਾ ਕਪੂਰਥਲੇ ਧਰਮਸ਼ਾਲਾ ਇਸ ਟਾਈਮ ਹੈਗਾ, ਉਹ ਉੱਥੇ ਮੰਤ ਬਣਿਆ ਹੋਇਆ। ਹੁਣ ਇਹ ਕਿਹੜੀ ਸੰਗਤ ਆ ਜਿਹੜੀ ਤੁਹਾਡੇ ਗੱਲ ਪੈ ਰਹੀ ਸੀ? ਇਹ ਸਾਰੇ ਉਸੇ ਦੇ ਬੰਦੇ ਨੇ। ਕਿਹਨਾਂ ਦੇ? ਸੰਤ ਅਵਤਾਰ ਸਿੰਘ ਦੇ ਬੰਦੇ ਨੇ ਸਾਰੇ, ਜਿਹਨੂੰ ਸੰਤ ਗੁਰਚਰਨ ਸਿੰਘ ਨੇ ਛੇਕਿਆ ਹੋਇਆ ਸੀ, ਉਹਨਾਂ ਨੂੰ ਉਹਨੇ ਇੱਥੇ ਵੜ ਨਹੀਂ ਸਕਦਾ। ਠੀਕ ਹੈ ਜੀ। ਕੀ ਨਾਮ ਹੈ ਅਤੇ ਪੂਰੀ ਕੀ ਘਟਨਾ ਹੋਈ ਇੱਥੇ ਅੱਜ? ਮੇਰਾ ਨਾਮ ਇੰਦਰਜੀਤ ਸਿੰਘ, ਸਾਬਕਾ ਸਰਪੰਚ ਪਿੰਡ ਨਵਾਂ ਟੱਟਾ, ਗੁਰਦੁਆਰਾ ਸਾਹਿਬ ਜੀ ਵਿਖੇ
संत बाबा गुरचरण सिंह जी कल 12:00 तकरीबन 40 मिनट से चढ़ाई कर गए सन। उन्हां दा संस्कार करन लई अज गुरद्वारा श्री दमदमा साहिब जी विखे बहुत ही वड्डा इकट्ठ होया, जिस विच संत महात्मा नगर निवासी इलाका निवासी दूर दरेडे दीयां संगतां यूपी तो राजस्थान तो पहुंचिया सन, जो कि महापुरशां दा संस्कार तकरीबन 11 बजे दा करन दा ऐलान किया गया सी। सो महापुरशां दे इस प्रोग्राम ते बड़ा ही दुनिया दा कट भारी कट होया, जिस विच कीर्तनी जथिया ने कीर्तन किया, महापुरशां ने आपो अपने विचार रखे। उस तो उपरंत संस्कार दे टाइम ते अरदास होई, अरदास विच कुछ कमी रह गई जिस करके थोड़ा बड़ा रौला रप्पा भी पिया। सो संगत जो है वो इकट्ठी हो गई, उस शख्स ने माफ़ी भी मांग ली। सो इस करके ये जो स्थान है बड़ा ही पवित्र ते मन्या परमन्या पुरातन स्थान है, इसकी बड़ी महानता है। लोग दूर दरेडे तो आके अपनिया सुखना पूरियां करते ने, आके नतमस्तक होंगे ने। जिस टाइम तो, अंतिम अरदास के टाइम यह हंगामा होया कि तुम इसे ठीक मानते हो, इदा होना चाहिए सीगा? नहीं, बिल्कुल नहीं, ये कब नहीं सी होना चाहिए, क्योंकि महापुरशां का जो अंगीठा है उस समय ये वारदात नहीं सी होनी चाहिए, जो हर एक प्राणी के मन में ये ठेस पहुंची है। घटना का जिम्मेदार किसने मानते हैं? ਉਹੀ ਦੋਸ਼ੀ ਹੈ ਜੀ ਜਿਹਨੇ ਅਕਬਾਲ ਸਿੰਘ ਜੀ ਜਥੇਦਾਰ ਅਕਬਾਲ ਸਿੰਘ ਜੀ ਪਟਨਾ ਸਾਹਿਬ। ਉਹਨਾਂ ਵੱਲੋਂ ਕਿਹਾ ਕੀ ਗਿਆ ਸੀ ਅਜਿਹਾ ਜਿਹੜਾ ਇੰਨਾ ਵਿਵਾਦ ਹੋ ਗਿਆ ਜੀ? ਹਾਂਜੀ, ਕੀ ਕਿਹਾ ਗਿਆ ਸੀ ਜਿਹੜਾ ਇੱਕਦਮ ਵਿਵਾਦ ਕਿਹਾ ਗਿਆ ਸੀ? ਉਹਨਾਂ ਵੱਲੋਂ ਅਰਦਾਸ ਵਿੱਚ ਕਿਸੇ ਬੰਦੇ ਦਾ ਨਾਂ ਵੈਸੇ ਲੈ ਦਿੱਤਾ ਕਿ ਇਹਨੂੰ